ਮੁਸਲਿਮ ਸਿੱਖ ਫਰੰਟ ਆਫ ਪੰਜਾਬ ਨੇ ਅੱਤਵਾਦ ਦਾ ਪੁਤਲਾ ਸਾੜ ਕੇ ਮਲੇਰਕੋਟਲਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਤੇ ਅੱਤਵਾਦ ਮੁਰਦਾਬਾਦ ਦੇ ਨਾਰੇ ਵੀ ਲਗਾਏ। ਇਸ ਸੰਬੰਧੀ ਜਿੱਥੇ ਸਾਰੇ ਦੇਸ਼ ਵਿੱਚ ਗਮ ਅਤੇ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਹਰੇਕ ਧਰਮ ਦੇ ਲੋਕ ਇਸ ਘਟਨਾ ਦਾ ਵਿਰੋਧ ਕਰ ਰਹੇ ਨੇ, ਉੱਥੇ ਹੀ ਮੁਸਲਿਮ ਸਮਾਜ ਦੇ ਵਿਅਕਤੀਆਂ ਵੱਲੋਂ ਵੀ ਇਸ ਘਟਨਾ ਦੀ ਨਿਖੇਧੀ ਕੀਤੀ ਜਾ ਰਹੀ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਥਾ ਦੇ ਸੀਨੀਅਰ ਆਗੂ ਵਸ਼ੀਮ ਸ਼ੇਖ ਨੇ ਆਖਿਆ ਕਿ ਉਹ ਸਰਕਾਰ ਤੋਂ ਪੁਰਜ਼ੋਰ ਮੰਗ ਕਰਦੇ ਨੇ ਕਿ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਉਹਨਾਂ ਆਖਿਆ ਕਿ ਸਾਰਾ ਮੁਸਲਿਮ ਭਾਈਚਾਰਾ ਦੇਸ਼ ਦੇ ਸ਼ਹੀਦ ਜਵਾਨਾਂ ਦੇ ਦੁੱਖ ਵਿੱਚ ਉਹਨਾਂ ਨਾਲ ਖੜਾ ਹੈ ਤੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਵੀ ਕਰ ਰਿਹਾ। ਆਜ਼ਾਦ ਟੀਵੀ ਨਿਊਜ਼ ਦੇ ਲਈ ਮਲੇਰਕੋਟਲਾ ਤੋਂ ਮੁਹੰਮਦ। ਸਭ ਤੋਂ ਪਹਿਲਾਂ ਤਾਂ ਅਸੀਂ ਜੋ ਇਹ ਸਾਡੇ ਫੌਜੀ ਵੀਰਾਂ ਦੇ ਉੱਪਰ ਅਟੈਕ ਹੋਇਆ, ਅਸੀਂ ਉਹਦਾ ਬਹੁਤ ਜੋ ਦਿਲ ਤੋਂ ਸੋਗ ਮਨਾ ਰਹੇ ਹਾਂ। ਇੱਥੇ ਪੁਤਲਾ ਫੂਕਣਾ ਆ, ਮੈਸੇਜ ਸਾਡਾ ਇਹ ਹੈ ਕਿ ਇਹਦੇ ਉੱਪਰ ਕੋਈ ਰਾਜਨੀਤੀ ਨਾ ਕੀਤੀ ਜਾਵੇ। ਅਸੀਂ ਸਾਰਿਆਂ ਨਾਲੋਂ ਪਹਿਲਾਂ ਹਿੰਦੂ ਮੁਸਲਿਮ ਸਿੱਖ ਹੋਣ ਤੋਂ ਪਹਿਲਾਂ ਅਸੀਂ ਇੱਕ ਭਾਈ ਹਾਂ ਸਾਰੇ ਹਿੰਦੁਸਤਾਨ ਦੇ ਵਿੱਚ। ਇਹ ਹਿੰਦੁਸਤਾਨ ਸਾਰਿਆਂ ਦਾ, ਕਿ ਸਭ ਧਰਮਾਂ ਦੇ ਲੋਕਾਂ ਨੂੰ ਦੁੱਖ ਹੈ। ਕੋਈ ਇਸ ਤਰ੍ਹਾਂ ਨਹੀਂ ਹੈਗਾ ਵੀ ਮੁਸਲਮਾਨਾਂ ਨੂੰ ਦੁੱਖ ਨਹੀਂ ਜਾਂ ਸਿੱਖਾਂ ਨੂੰ ਦੁੱਖ ਨਹੀਂ ਹੈਗਾ। ਇਸ ਕਰਕੇ ਇਹਦੇ ਉੱਪਰ ਗੰਦੀ ਰਾਜਨੀਤੀ ਨਾ ਕਰੀ ਜਾਵੇ। ਸਰਕਾਰ ਨੂੰ ਸਾਡੀ ਇਹ ਅਪੀਲ ਹੈ ਕਿ ਤੁਸੀਂ ਆਪਦੀਆਂ ਸਿਕਿਉਰਟੀਆਂ ਨੂੰ ਵਧਾਓ। ਕਿਸ ਤਰ੍ਹਾਂ ਉਹ RDX ਉੱਥੇ ਪਹੁੰਚਿਆ, ਪਹਿਲਾਂ ਇਹ ਚੀਜ਼ਾਂ ਨੂੰ ਚੈੱਕ ਕਰੋ ਤੁਸੀਂ, ਨਾ ਕਿ ਹਿੰਦੂ ਮੁਸਲਮਾਨਾਂ ਨੂੰ ਵੰਡਣ ਦੀ ਕੋਸ਼ਿਸ਼ ਕਰੋ। ਇਹੋ ਦੇਖਦੇ ਹੋ ਅਸੀਂ ਮਲੇਰਕੋਟਲੇ ਵਿਖੇ ਸਾਡੇ ਸਮੂਹ ਮੁਸਲਮਾਨ ਭਾਈ ਇਸ ਗੰਦੀ ਅੱਤਵਾਦ ਦਾ ਅਸੀਂ ਪੁਤਲਾ ਫੂਕਣ ਜਾ ਰਹੇ ਹਾਂ ਔਰ ਇਨਸ਼ਾਅੱਲਾ ਅੱਲਾਹ ਤੋਂ ਦੁਆ ਕਰਾਂਗੇ ਕਿ ਹਿੰਦੁਸਤਾਨ ਦੇ ਵਿੱਚੋਂ ਅੱਤਵਾਦ ਦਾ ਖਾਤਮਾ ਹੋ ਜਾਵੇ। ਕਿਉਂਕਿ ਕਿਸੇ ਧਰਮ ਦੇ ਵਿੱਚ ਇਹ ਸਿਖਾਇਆ ਨਹੀਂ ਜਾਂਦਾ ਕਿ ਇਨਸਾਨੀਅਤ ਦਾ ਕਤਲ ਕੀਤਾ ਜਾਵੇ। ਹੁਣ ਇੱਕ ਵਾਰ ਮੈਂ ਨਾਲ ਖੁੱਲ ਕੇ ਸਾਰੇ ਭਾਈ ਆਮੀਨ ਕਹੋ, ਇਨਸ਼ਾਅੱਲਾ ਹਿੰਦੁਸਤਾਨ ਦੇ ਵਿੱਚੋਂ ਅੱਲਾਹ ਪਾਕ ਅੱਤਵਾਦ ਦਾ ਖਾਤਮਾ ਜ਼ਰੂਰ ਕਰਨਗੇ। ਆਮੀਨ ਆਮੀਨ ਇਹ ਕਹਿੰਦੇ ਹੋਏ ਅਸੀਂ ਤੁਹਾਨੂੰ ਯਾਦ ਚਾਹੁੰਦੇ ਹਾਂ। ਪਿਛਲੇ ਦਿਨੀ ਪੁਲਵਾਮਾ ਕਸ਼ਮੀਰ ਦੇ ਵਿੱਚ ਸਾਡੇ ਜਿਹੜੇ ਸੈਨਿਕ ਸੀਗੇ ਜਵਾਨ ਵੀਰ, ਉਹਨਾਂ ਦੀ ਬਹੁਤ ਬੜੀ ਸ਼ਹਾਦਤ ਹੋਈ ਆ। ਔਰ ਅੱਤਵਾਦ ਦਾ ਬਹੁਤ ਬੜਾ ਇਹ ਹਿੰਦੁਸਤਾਨ ਦੇ ਉੱਤੇ ਅਟੈਕ ਸੀਗਾ, ਜੋ ਕਿ ਇੱਕ ਹਿੰਦੁਸਤਾਨ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਸੀ, ਉਹਨੂੰ ਪੂਰੇ ਪੁਖਤਾ ਇੰਤਜ਼ਾਮ ਹੋਣੇ ਚਾਹੀਦੇ ਸੀਗੇ। ਕਿਉਂਕਿ ਮੋਦੀ ਸਰਕਾਰ ਵਾਰ ਵਾਰ ਇਹ ਦਾਅਵੇ ਕਰ ਰਹੀ ਸੀ ਇੱਕ ਸਿਰ ਦੇ ਬਦਲੇ 10 ਸਿਰ ਲੈ ਕੇ ਆਵਾਂਗੇ, ਕਦੇ 20 ਸਿਰ ਲੈ ਕੇ ਆਵਾਂਗੇ, ਪਰ ਉਹਨਾਂ ਦੇ ਸਾਰੇ ਦਾਅਵੇ ਪੁਤਲੇ ਸਾਬਿਤ ਹੋਏ ਨੇ। ਅਸੀਂ ਸਰਕਾਰ ਨੂੰ ਸ਼ਰਾਬ ਸਰਦਾਰੀ 'ਚ ਕਹਿਣਾ ਚਾਹੁੰਦੇ ਹਾਂ ਕਿ ਠੀਕ ਆ, ਹੁਣ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਪਣਾ ਜਿਹੜਾ ਸਟੈਂਡ, ਆਪਣਾ ਰੁੱਖ ਆ, ਉਹ ਸਟੈਂਡ ਕਲੀਅਰ ਕੀਤਾ ਜਾਵੇ ਕਿ ਅੱਤਵਾਦੀਆਂ ਦਾ ਰੁੱਖ ਤੁਹਾਡਾ ਕੀ ਰੁੱਖ ਹੈ, ਅਤੇ ਅੱਤਵਾਦ ਨੂੰ ਬਿਲਕੁਲ ਜੜੋਂ ਖਤਮ ਕੀਤਾ ਜਾਵੇ। ਤਾਂ ਅਸੀਂ ਅੱਜ ਮਲੇਰਕੋਟਲਾ ਵਿੱਚ ਸਥਾਨਕ ਅਸੈਂਬਲੀ ਗੇਟ ਅੱਤਵਾਦ ਦਾ ਪੁਤਲਾ ਫੂਕਣ ਜਾ ਰਹੇ ਹਾਂ ਅਤੇ ਸਰਕਾਰ ਨੂੰ ਮੈਸੇਜ ਦੇਣ ਜਾ ਰਹੇ ਹਾਂ ਸੈਂਟਰ ਸਰਕਾਰ ਨੂੰ ਕਿ ਅੱਤਵਾਦ ਨੂੰ ਬਿਲਕੁਲ ਜੜੋਂ ਖਤਮ ਕੀਤਾ ਜਾਵੇ। ਸਭ ਨੂੰ ਨਾਲ ਲੈ ਕੇ ਚੱਲੋ, ਠੀਕ ਹੈ, ਫਿਰ ਰਾਜਨੀਤੀ ਨਾ ਕੀਤੀ ਜਾਵੇ। ਸਭ ਤੋਂ ਪਹਿਲਾਂ ਜਿਹੜੇ ਵੀਰ ਜਵਾਨ ਸ਼ਹੀਦ ਹੋਏ ਨੇ ਉਹਦੇ 'ਚ ਸਾਰੇ ਨੇ, ਹਿੰਦੂ ਵੀ ਹੈਗੇ ਨੇ, ਮੁਸਲਿਮ ਵੀ ਹੈਗੇ ਨੇ, ਸਿੱਖ ਵੀ ਹੈਗੇ ਨੇ, ਠੀਕ ਆ। ਤਾਂ ਆਪਾਂ ਇੱਕ ਮੈਸੇਜ ਦਈਏ ਸਾਰੇ ਹਿੰਦੁਸਤਾਨ ਨੂੰ, ਇਕੱਠਾ ਕਰੀਏ, ਧਾਵਾ ਬੋਲੀਏ ਅਤੇ ਜੋ ਅੱਤਵਾਦ ਕਰਦੇ ਨੇ, ਅੱਤਵਾਦ ਫੈਲਾਉਂਦੇ ਨੇ, ਅਸੀਂ ਬਿਲਕੁਲ ਜੜੋਂ ਪੱਟ ਕੇ ਅਸੀਂ ਅੱਤਵਾਦ ਖਤਮ ਕਰੀਏ। ਜੰਮੂ ਦੇ ਵਿੱਚ ਕੁਝ ਮੁਸਲਮਾਨਾਂ ਦੇ ਉੱਪਰ ਵੀ ਅਟੈਕ ਹੋਇਆ, ਉਹਨਾਂ ਦੇ ਕਲੋਨੀਆਂ ਦੇ ਉੱਪਰ, ਉਹਨਾਂ ਦੇ ਦੇਖੋ ਮੈਂ ਪਹਿਲਾਂ ਦੁਬਾਰਾ ਫਿਰ ਕਹਿਣਾ ਕਿ ਸ਼ਹਾਦਤ ਪਾਉਣ ਦੇ ਵਿੱਚ ਮੁਸਲਮਾਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਹਦੇ ਵਿੱਚ ਵੀ ਸਾਡੇ ਕੁਝ ਭਾਈ ਸ਼ਹੀਦ ਹੋਏ ਨੇ, ਤਾਂ ਜੋ ਫਿਰਕੂ ਤਾਕਤਾਂ ਹੈਗੀਆਂ ਨੇ ਉਹ ਇਹੀ ਚਾਹੁੰਦੇ ਨੇ ਕਿ ਹਿੰਦੁਸਤਾਨ ਦਾ ਮਾਹੌਲ ਖਰਾਬ ਹੋ ਗਏ। ਸਰਕਾਰ ਨੂੰ ਇਹ ਦੇਖਣਾ ਚਾਹੀਦਾ ਕਿ ਇੱਦਾਂ ਦੀ ਕੋਈ ਹਰਕਤ ਨਾ ਹੋਵੇ, ਆਪਣੀ ਇਕਜੁੱਟ ਹੋ ਕੇ ਅੱਤਵਾਦ ਨੂੰ ਖਤਮ ਕਰਨਾ ਚਾਹੀਦਾ।